ਹਾਂ ਤੁਹਾਡਾ ਗੁਰਮੀਤ ਨਿੱਜਰ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦਲੀਪ ਸਿੰਘ ਦੀ ਕਿਉਂ ਅਜੀਬ ਜਿਹਾ ਤਾਂ ਨਹੀਂ ਲੱਗ ਰਿਹਾ ਲੱਗੇ ਵੀ ਕਿਉਂ ਨਾ ਕਿਉਂਕਿ ਦਲੀਪ ਸਿੰਘ ਨੇ ਚਾਹੁਣ ਵਾਲੇ ਹੁਣ ਉਸਨੂੰ ਗ੍ਰੇਟ ਖਲੀ ਦਾ ਨਾਮ ਦੇ ਚੁੱਕੇ ਨੇ ਉਹ ਗ੍ਰੇਟ ਖਲੀ ਜਿਸਨੇ ਰੈਸਲਿੰਗ ਵਿੱਚ ਸਿਰਫ ਆਪਣਾ ਨਾਮ ਹੀ ਰੋਸ਼ਨ ਨਹੀਂ ਕੀਤਾ ਸਗੋਂ ਦੇਸ਼ ਦਾ ਨਾਮ ਵੀ ਰੋਸ਼ਨ ਹੋਇਆ ਗ੍ਰੇਟ ਖਲੀ ਅੱਜ ਲੁਧਿਆਣਾ ਦੇ ਆਈ ਵਰਲਡ ਜਿਮ ਦੁਗਰੀ ਫੇਸ 2 ਪੁੱਜੇ ਤਾਂ ਉਹਨਾਂ ਨਾਲ ਕੁਝ ਗੱਲਾਂ ਸਾਂਝੀਆਂ ਹੋਈਆਂ ਖਲੀ ਦਾ ਕਹਿਣਾ ਸੀ ਕਿ ਉਹ ਆਪਣੇ ਦੇਸ਼ ਦੇ ਬੱਚਿਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਉਹਨਾਂ ਦਾ ਨਾਮ ਵੀ ਦੇਸ਼ ਵਿਦੇਸ਼ ਵਿੱਚ ਰੋਸ਼ਨ ਕਰਨਾ ਚਾਹੁੰਦਾ ਹੈ ਜੋ ਉਹਨਾਂ ਦੇ ਡ੍ਰੀਮ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਸੋ ਕੁਝ ਟਿਪਸ ਸਾਂਝੇ ਕਰਦੇ ਹੋਏ ਗ੍ਰੇਟ ਖਲੀ ਨੇ ਇਹ ਵੀ ਕਿਹਾ ਕਿ ਜੇ ਚੰਗਾ ਖਾਵਾਂਗੇ ਤਾਂ ਹੀ ਚੰਗੀ ਸਿਹਤ ਪਾਵਾਂਗੇ ਇਸ ਲਈ ਖਾਣੇ ਵਿੱਚ ਜਿੱਥੇ ਪੌਸ਼ਟਿਕ ਆਹਾਰ ਬਹੁਤ ਜ਼ਰੂਰੀ ਹੈ ਉੱਥੇ ਹਰ ਰੋਜ਼ ਕਸਰਤ ਦੇ ਨਾਲ ਨਾਲ ਜਿਮ ਜੁਆਇਨ ਕਰਨਾ ਵੀ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਆਈ ਵਰਲਡ ਜਿਮ ਦੀ ਸਲਾਘਾ ਕਰਦੇ ਹੋਏ ਖਲੀ ਨੇ ਕਿਹਾ ਕਿ ਚੰਗੇ ਟ੍ਰੇਨਰ ਹੀ ਚੰਗੀ ਟ੍ਰੇਨਿੰਗ ਦੇ ਸਕਦੇ ਨੇ ਜੋ ਇਸ ਜਗ੍ਹਾ ਸਭ ਕੁਝ ਮੌਜੂਦ ਹੈ ਬਹੁਤ ਸਾਰੇ ਮੂਵੀ ਸਟਾਰ ਹੈ ਸਲਮਾਨ ਖਾਨ ਹੈ ਔਰ ਅਕਸ਼ੈ ਹੈ
ਲੁਧਿਆਣਾ ਤੋਂ ਗੁਰਮੀਤ ਰਿੰਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ, ਫੋਕਸ ਡਾਟ ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।